ਕੋਈ ਪਾਰਟੀ ਦਾ ਨਹੀਂ, ਸਾਰੀਆਂ ਉਹਦੀਆਂ ਬੇਬੁਨਿਆਦ ਗੱਲਾਂ ਨੇ। ਉਹ ਫਰਸਟ੍ਰੇਟ ਹੋਇਆ ਹੈ ਬੰਦਾ ਹੈਗਾ, ਕਿਤੇ ਕੋਈ ਗੱਲਾਂ ਬੋਲਦਾ, ਕਿਤੇ ਕੋਈ ਗੱਲਾਂ ਬੋਲਦਾ, ਕਿਤੇ ਪਾਰਟੀ ਦੇ ਵਿੱਚ ਪਹਿਲਾਂ ਆ ਰਿਹਾ, ਕਿਤੇ ਕੋਈ ਅਸਤੀਫਾ ਦੇ ਦਿੰਦਾ। ਸੀਨੀਅਰ ਵਕੀਲ SHO ਫੁਲਕਾ ਵੱਲੋਂ ਅਸਤੀਫਾ ਦੇਣ ਤੋਂ ਬਾਅਦ SGPC ਤੇ ਵੱਡੇ ਸਵਾਲ ਚੁੱਕੇ ਸਨ। ਹੁਣ SGPC ਦੇ ਪ੍ਰਧਾਨ ਲੌਂਗੋਵਾਲ ਨੇ ਫੁਲਕਾ ਨੂੰ ਜਵਾਬ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਫੁਲਕਾ ਸਾਹਿਬ ਨੂੰ SGPC ਬਾਰੇ ਕੁਝ ਵੀ ਨਹੀਂ ਪਤਾ ਹੈ। ਉਹ ਬੁਖਲਾਹਟ ਵਿੱਚ ਅਜਿਹਾ ਬਿਆਨ ਦੇ ਰਹੇ ਹਨ। SGPC ਇੱਕ ਧਾਰਮਿਕ ਸੰਸਥਾ ਹੈ, ਇਸ ਕਰਕੇ ਫੁਲਕਾ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਕੋਈ ਪਾਰਟੀ ਦਾ ਨਹੀਂ, ਸਾਰੀਆਂ ਉਹਦੀਆਂ ਬੇਬੁਨਿਆਦ ਗੱਲਾਂ ਨੇ। ਉਹ ਫਰਸਟ੍ਰੇਟ ਹੋਇਆ ਹੈ ਬੰਦਾ ਹੈਗਾ, ਕਿਤੇ ਕੋਈ ਗੱਲਾਂ ਬੋਲਦਾ, ਕਿਤੇ ਕੋਈ ਗੱਲਾਂ ਬੋਲਦਾ, ਕਿਤੇ ਪਾਰਟੀ ਦੇ ਵਿੱਚ ਪਹਿਲਾਂ ਆ ਰਿਹਾ, ਕਿਤੇ ਕੋਈ ਅਸਤੀਫਾ ਦੇ ਦਿੰਦਾ। ਸੋ ਉਸ ਤਰ੍ਹਾਂ ਦੀਆਂ ਕੋਈ ਗੱਲਾਂ ਨਹੀਂ। ਪਾਰਟੀ ਸਾਡੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਪੂਰਨ ਇੰਡੀਪੈਂਡੈਂਟ ਤੌਰ 'ਤੇ, ਸੁਤੰਤਰਤਾ ਦੇ ਤੌਰ 'ਤੇ ਸਾਰੇ ਆਪਣੇ ਕਾਰਜ ਕਰਦੇ ਹਾਂ। ਇਹਦੇ ਵਿੱਚ ਕਿਸੇ ਹੋਰ ਦਾ ਦਖਲ ਨਹੀਂ ਹੈ, ਕਿਸੇ ਪਾਰਟੀ ਦਾ ਦਖਲ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦੇ ਅਧੀਨ ਹੀ ਰਹੀ ਹੈ SGPC, ਕਿਸੇ ਹੋਰ ਧੜੇ ਦਾ ਇੱਥੇ? ਦੇਖੋ, ਮੈਂ ਸਮਝਦਾ ਜਾਂ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਕੋਈ ਗਿਆਨ ਨਹੀਂ ਹੈ, ਜਾਂ ਉਹ ਜਾਣ ਬੁੱਝ ਕੇ ਅਜਿਹੀਆਂ ਗੱਲਾਂ ਕਰਦਾ। ਕਿਉਂਕਿ ਹਮੇਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਚੋਣ ਲੜਦੀ ਹੈ, ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਾਡੇ ਕੈਂਡੀਡੇਟ ਨੇ ਉਹ ਲੜਦੇ ਨੇ, ਉਹ ਹਮੇਸ਼ਾ ਜਿੱਤ ਕੇ ਆਉਂਦੇ ਨੇ ਜਦੋਂ ਵੀ ਕੋਈ ਚੋਣ ਹੁੰਦੀ ਹੈ, ਔਰ ਸੰਗਤ ਜਿਤਾਉਂਦੀ ਹੈ। ਉਹਨਾਂ ਦਾ ਇਹੀ ਕਹਿਣਾ ਕਿ ਜਿਹੜੇ ਰਾਜਨੀਤਿਕ ਲੋਕ ਆ ਉਹੀ ਇਸ ਕਮੇਟੀ ਦੇ ਵਿੱਚ ਨਾਲ ਜੁੜੇ ਹੋਏ ਨੇ, ਇਸ ਕਰਕੇ ਸਮਰਪਿਤ ਹੋ ਕੇ ਸਾਰਾ ਇਹ ਕੰਮ ਕਰਦੇ ਹਾਂ। ਧਰਮ ਨੂੰ ਆਪਣਾ ਨਿਸ਼ਚਰ ਲੈ ਕੇ, ਧਰਮ ਨੂੰ ਅੱਗੇ ਰੱਖ ਕੇ ਸਾਰੀ ਇਹ ਜਿਹੜੀ ਕਾਰਜ ਕੀਤੇ ਜਾਂਦੇ ਨੇ। ਸਿੱਖ ਦੇ ਉੱਤੇ ਹੈਗੀ ਆ, ਉਹਦੇ ਕੋਈ ਕਮੈਂਟ ਨਹੀਂ ਮੈਂ ਦੇਣਾ। ਉਹ ਦੇਖੋ ਪਗੜੀ ਉਤਾਰ ਕੇ ਰਾਜੀਵ ਗਾਂਧੀ ਦਾ ਪ੍ਰਸਤਾਵ ਕੀਤਾ, ਹਾਲਾਂਕਿ ਬਾਅਦ ਚ ਮਾਫੀ ਮੰਗੀ। ਅਸੀਂ ਪਹਿਲਾਂ ਵੀ ਨਿੰਦਿਆ ਕੀਤੀ ਹੈ। ਦੇਖੋ, ਪਗੜ ਬਹੁਤ ਸਨਮਾਨਯੋਗ ਸਾਡਾ ਚਿੰਨ੍ਹ ਹੈ, ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਈ ਹਰਕਤਾਂ ਕਰਦਾ ਬਹੁਤ ਹੀ ਨਿੰਦਣਯੋਗ ਨੇ। ਸੋ ਅੱਜ ਦਾ ਜਿਹੜਾ ਸਾਡਾ ਇਹ ਅੰਤਰ ਰਾਸ਼ਟਰੀ ਔਰ ਸੈਮੀਨਾਰ ਕਰਵਾ ਰਹੇ ਹਾਂ, ਇਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ 550ਵਾਂ ਜਿਹੜਾ ਪ੍ਰਕਾਸ਼ ਉਤਸਵ ਆ ਰਿਹਾ ਹੈ, ਅਤੇ ਉਹਨੂੰ ਸਮਰਪਿਤ ਜਿਹੜਾ ਇਹ ਅਸੀਂ ਕਰਵਾ ਰਹੇ ਹਾਂ। ਸੋ ਇਹਦੇ ਵਿੱਚ ਇੱਕ ਤਾਂ ਇਹ ਹੈ ਕਿ ਜੋ ਸੁਲਤਾਨਪੁਰ ਲੋਧੀ ਸਾਹਿਬ ਲਈ ਜਿੱਥੇ ਸਾਰੇ ਸਮਾਗਮ ਹੋਣੇ ਨੇ, ਵੱਡੇ ਸਮਾਗਮ ਅਸੀਂ ਕਰ ਰਹੇ ਹਾਂ, ਔਰ ਉਹ ਸਮਾਗਮਾਂ ਵਿੱਚ ਸ਼ਾਮਿਲ ਹੋਣ ਵਾਸਤੇ ਜਿਹੜੇ ਵਿਦੇਸ਼ਾਂ ਵਿੱਚ ਸਾਡੇ ਬੈਠੇ ਸਿੱਖ ਨੇ, ਉਹਨਾਂ ਸਾਰਿਆਂ ਨੂੰ ਸ਼ਾਮਿਲ ਕਰਨ ਵਾਸਤੇ ਇੱਕ NRI ਸੈੱਲ ਕਾਇਮ ਕਰਾਂਗੇ, ਔਰ ਉਹ ਸੈੱਲ ਦਾ ਜਿਹੜਾ ਸਾਡਾ ਇੱਕ ਸੈਕਟਰੀ ਪੱਧਰ ਦਾ ਇੱਕ ਅਧਿਕਾਰੀ ਹੈ ਉਹਨੂੰ ਨਿਯੁਕਤ ਕਰਾਂਗੇ ਉਹਨੂੰ, ਅਤੇ ਉਹ ਸਾਰੇ ਉਹਨਾਂ ਵਿਦੇਸ਼ਾਂ 'ਚ ਬੈਠੇ ਸਾਰੇ ਜਿੰਨੇ ਸਾਡੇ ਨਾਨਕ ਨਾਮ ਲੇਵਾ ਨੇ, ਸਿੱਖ ਸੰਗਤ ਹੈ, ਉਹਨਾਂ ਨਾਲ ਸਾਰੇ ਤਾਲਮੇਲ ਕਰੇਗਾ, ਔਰ ਉਹਨੂੰ ਸਾਰੀਆਂ ਇੱਥੋਂ ਦੀ ਜਿੰਨੇ ਪ੍ਰੋਗਰਾਮਾਂ ਵਾਸਤੇ ਜਿਹੜੀ ਮੁੱਢਲੀ ਜਾਣਕਾਰੀ ਜਿਹੜੀ ਹੈ ਉਹਨਾਂ ਸਾਰਿਆਂ ਨੂੰ ਦੇਵੇਗਾ। ਔਰ ਦੂਸਰਾ ਹੈਗਾ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜੋ ਫਲਸਫਾ ਹੈ ਔਰ ਉਹਦੇ ਪ੍ਰਚਾਰਨ ਲਈ ਅਸੀਂ 13 ਭਾਸ਼ਾ ਦੇ ਵਿੱਚ ਔਰ ਉਹਨਾਂ ਦਾ ਜੋ ਵਿਚਾਰਧਾਰਾ ਹੈਗੀ, ਉਹਨਾਂ ਦਾ ਜੋ ਸਿਧਾਂਤ ਹੈ, ਜੋ ਉਹਨਾਂ ਦਾ ਮਿਸ਼ਨ ਹੈ, ਉਹ ਸਾਰਾ ਛਾਪ ਕੇ ਅਸੀਂ 13 ਭਾਸ਼ਾ ਦੇ ਵਿੱਚ ਦੇਵਾਂਗੇ, ਜਿਹਦੇ ਵਿੱਚ 5 ਵਿਦੇਸੀ ਭਾਸ਼ਾ ਹੋਣਗੀਆਂ ਅਤੇ 8 ਜਿਹੜੀਆਂ ਨੇ ਉਹ ਸਾਡੇ ਹਿੰਦੁਸਤਾਨ ਦੀਆਂ ਜਿਹੜੀਆਂ ਭਾਸ਼ਾਵਾਂ ਨੇ ਉਹਨਾਂ ਵਿੱਚ ਉਹ ਅਸੀਂ ਸਾਰਾ ਛਾਪ ਕੇ ਵੰਡਾਂਗੇ। ਇੱਕ ਮਿੰਟ ਪੂਰਾ ਕਰ ਲਈਏ। ਅਤੇ ਤੀਜਾ ਹੈਗਾ ਕਿ ਜਿੱਥੇ ਵੀ ਅੱਜ ਸਾਡੇ NRI ਵੀਰ ਜਿਹੜੇ ਆਏ ਨੇ ਇੱਥੇ, ਉਹਨਾਂ ਦਾ ਅਸੀਂ ਜੀਆਂ ਵੀ ਕਹਿਣਾ, ਉਹਨਾਂ ਦਾ ਧੰਨਵਾਦ ਵੀ ਕਰਨਾ। ਉਹਨਾਂ ਦੇ ਵਿੱਚ ਸੁੱਖ ਧਾਲੀਵਾਲ ਸਾਡੇ MP ਸਾਹਿਬ ਜਿਹੜੇ ਕੈਨੇਡਾ ਤੋਂ ਪਹੁੰਚੇ ਨੇ, ਅਤੇ ਹੋਰ ਸਾਰੇ ਵੀਰ ਜਿਹੜੇ ਸਮਾਗਮ ਦੇ ਵਿੱਚ ਸ਼ਾਮਿਲ ਹੋਏ ਨੇ। ਬਿਊਰੋ ਰਿਪੋਰਟ।